ਜਿੰਨੇ ਵੀ ਇਸ ਗਾਣੇ ਦੇ ਲਿਰਿਕਸ ਸੀ ਨਾ, ਉਹ ਸਾਰੇ ਦੇ ਸਾਰੇ ਜਿਹੜੀ ਪੰਜਾਬੀ ਅਸੀਂ ਇੱਥੇ ਬੋਲਦੇ ਹਾਂ ਨਾ ਪਾਕਿਸਤਾਨ ਦੇ ਵਿੱਚ, ਉਦਾਂ ਦੇ ਸੀ, ਮਤਲਬ ਕਿ ਉਰਦੂ ਮਿਕਸਡ ਸੀਗੇ। ਵੈਲਕਮ ਬੈਕ ਗਾਈਸ, ਕੀ ਹਾਲ ਚਾਲ ਆ? ਹੋਪਫੁਲੀ ਸਾਰੇ ਵਧੀਆ ਹੋਗੇ। ਵੀ ਆਰ ਬੈਕ ਵਿਦ ਅਨਦਰ ਸੁਪਰ ਐਕਸਾਈਟਿੰਗ ਰਿਐਕਸ਼ਨ ਵੀਡੀਓ ਆਫ ਕੀ ਕਰੀਏ ਸੌਂਗ ਬਾਈ ਹਾੜੀ ਸੰਧੂ। ਹੋਰ ਟਾਈਮ ਵਿੱਚ ਕਿਤੇ ਬਗੈਰ ਸੁਣਦੇ ਆਪਾਂ ਆਪਣਾ ਗਾਣਾ। ਟਾਈਟਲ ਦੇ ਵਿੱਚ ਕੁਛ ਕੁ ਨਾਮ ਜਿਹੜੇ ਇੰਟਰਸਟਿੰਗ ਨੇ, ਉਹ ਪਰਨਿਧੀ ਚੋਪੜਾ, ਬਾਲੀਵੁੱਡ ਦੇ ਬੰਦੇ ਪਾਏ ਗਏ ਨੇ ਇਸ ਗਾਣੇ ਦੇ ਵਿੱਚ। ਟੀ ਸੀਰੀਜ਼ ਦੇ ਬੈਨਰ ਹੇਠਾਂ ਗਾਣਾ ਆਇਆ ਹੋਰ ਟਾਈਮ ਵਿੱਚ ਕਿਤੇ ਬਗੈਰ। 3, 2, 1 ਤੇ ਸਟਾਰਟ ਦਿਸ ਸੀਜ਼ਨ। ਓਕੇ, रोमांटिक वाइब आ रही गाने की, थोड़ी थोड़ी फील विद वार्म्थ। ओके, वो हैडी संधू दी लुक्स कैंड ने, ओ फर्स्ट लव। ओके, पर दी चपड़ा बहुत सोहनी लग रही यार हिजाब च। हाय, यार मेनू नॉर्दर्न वाइब्स आ रही है, पाकिस्तान दे नॉर्दर्न एरिया जा रही है। दिल तेरा हो ही जानदा यार, दस हुण की करिए, सन पहली बारी हो गया है प्यार, दस हुण की करिए, तेरे संग होई नींद फरार, दस हुण की करिए। यार परनिधी चोपड़ा देख के वाकई माशाल्लाह कहने दिल करता। ਦੁਆਵਾਂ ਦੇ ਜ਼ਰੀਏ ਸਾਨੂੰ ਪਹਿਲੀ ਵਾਰੀ ਹੋ ਗਿਆ ਏ ਪਿਆਰ, ਨੀ ਦੱਸ ਹੁਣ ਕੀ ਕਰੀਏ, ਦਿਲ ਤੇਰਾ ਹੋਈ ਜਾਂਦਾ ਯਾਰ, ਨੀ ਦੱਸ ਹੁਣ ਕੀ ਕਰੀਏ। ਯਾਰ ਗਾਣਾ ਆਟੋਮੈਟਿਕਲੀ ਦਿਲ ਕਰਦਾ ਕਿ ਗਾਈਏ ਨਾਲ ਨਾਲ। ਟੀ ਸੀਰੀਜ਼ ਦੀ ਇੱਕ ਬਹੁਤ ਚੀਜ਼ ਤਗੜੀ ਹੈ ਕਿ ਰਿਸਰਚ ਕਰਦੇ ਗਾਣੇ ਦੇ ਉੱਤੇ। ਇਸ ਤੋਂ ਇਹਨਾਂ ਦੇ ਆ ਜਿਹੜੇ ਮੇਨ ਸਿੰਗਰ ਹੈ, ਇਹਨਾਂ ਦਾ ਕਦੀ ਕੋਈ ਗਾਣਾ ਫਲੋਪ ਨਹੀਂ ਹੁੰਦਾ ਏਡੀ ਛੇਤੀ। कोड नेम तिरंगा। ओके, कोड नेम तिरंगा एक चीज़ है, कोई मूवी वगैरह आ रही। अच्छा, गाना खत्म हो चुका। बाकी इस गाने के एक गल जी कि मैं बहुत नोटिस की, जिन्नी भी इस गाने के लिरिक्स ना, वो सारे के सारे जी पंजाबी असी इतने बोलते हैं ना पाकिस्तान के, उदा देते, मतलब कि उर्दू मिक्सड सके। दुआ नवाजिश या रब अता करदा, इदा दीज़ा जीडिया ना, ये उर्दू के वर्ड्स आ बेसिकली। तो असी सारे इतने अपनी पंजाबी दे विच बोलते, जिदा उत्थे दे लोग थोड़े जे हिंदी दे वर्ड मिक्स करते होंगे। सो इस करके थोड़ा जी मैनू पाकिस्तानी वाइब आ रही सी गाने दे विचों। बाकी मैं देखांगा कि फीमेल जिहड़ियां वोकल्स सीगियां ओह किदियां सीगियां। अच्छा जी, साक्षी होलकर, सोहना काम किया दोवां जणियां ने, बहुत घैंट सीगा। परनीति चोपड़ा दीआं लुक्स माशाल्लाह हिजाब दे विच बहुत 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 प्यारी लग रही सी, यकीन करो बहुत प्यारी लग रही सी। उस तों बाद हाड़ी संधू ਉਹਦੀਆਂ ਲੁਕਸ ਯਾਰ ਦਿਨ ਬ ਦਿਨ ਇੰਪਰੂਵ ਹੋ ਰਹੀਆਂ ਨੇ। ਮੇ ਬੀ ਤਿਰੰਗਾ ਮੂਵੀ ਕਰ ਰਿਹਾ ਹੋਈ ਸ਼ਾਇਦ, ਯਾਰ ਮੈਂ ਦੇਖਦਾ। ਅੱਛਾ ਜੀ, ਮੂਵੀ ਕ੍ਰੈਡਿਟਸ ਹੈਗਾ ਵਾ ਯਾਰ, ਸਟਾਰਿੰਗ ਪ੍ਰਨੀਤੀ ਚੋਪੜਾ ਅਤੇ ਹਾਰਡੀ ਸੰਧੂ। ਓਕੇ, ਯਾਨੀ ਕਿ ਹਾਰਡੀ ਸੰਧੂ ਦੀ ਨਵੀਂ ਮੂਵੀ ਵੀ ਆ ਰਹੀ ਹੈ ਨਾ, ਉਹਦਾ ਹੀ ਗਾਣਾ ਹੈ। ਠੀਕ ਹੋ ਗਿਆ, ਬਹੁਤ ਸੋਹਣਾ ਗਾਣਾ ਸੀਗਾ। ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਯਾਰ, ਮੂਵੀ ਕਿਦੋਂ ਆ ਰਹੀ ਹੈ। ਮੈਂ ਜ਼ਰੂਰ ਮੂਵੀ ਦੇਖਣਾ ਚਾਹਾਂਗਾ ਇਹਨਾਂ ਦੀ, ਪਹਿਲੀ ਮੂਵੀ ਹੈ ਡੈਬਿਊ ਹੈ ਨਾ ਹਾਰਡੀ ਸੰਧੂ ਦੀ। ਬਾਕੀ ਗਾਣਾ ਬਹੁਤ ਵਧੀਆ ਸੀਗਾ। ਓਵਰਆਲ ਜੇ ਇਸ ਗਾਣੇ ਨੂੰ ਮੈਂ ਰੇਟ ਕਰਨਾ ਹੋਵੇ, ਆਈ ਵਿਲ ਰੇਟ ਇਟ ਅਬਾਊਟ 9 out of 10। ਸੋਹਣਾ ਗਾਣਾ ਸੀਗਾ, ਥੋੜ੍ਹੀ ਜਿਹੀ ਆਪਣੀ ਆਪਣੀ ਜਿਹੀ ਵਾਈਬ ਆ ਰਹੀ ਸੀ ਗਾਣੇ ਦੇ ਵਿੱਚੋਂ, ਅਤੇ ਇੱਦਾਂ ਸੀਗਾ ਕਿ ਗਾਣਾ ਨਾਲ ਨਾਲ ਤੁਹਾਡਾ ਦਿਲ ਕਰ ਰਿਹਾ ਸੀ ਗਾਈਏ, ਕੁਛ ਇਸ ਤਰ੍ਹਾਂ ਦਾ ਗਾਣਾ ਸੀਗਾ, ਤੁਸੀਂ ਸਮਝ ਸਕਦੇ ਹੋਗੇ ਮੇਰੀ ਫੀਲਿੰਗਸ ਨੂੰ। ਬਾਕੀ ਇਹੀ ਸੀ ਆਪਣਾ ਰਿਐਕਸ਼ਨ, ਜੇ ਤੁਹਾਨੂੰ ਸਾਡਾ ਰਿਐਕਸ਼ਨ ਵਧੀਆ ਲੱਗਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਜ਼ਰੂਰ ਕਰਨਾ, ਠੀਕ ਆ। ਮੈਨੂੰ ਸਨੈਪਚੈਟ ਅਤੇ ਇੰਸਟਾਗ੍ਰਾਮ ਦੇ ਉੱਤੇ ਕਿਤੇ ਫੋਲੋ ਕਰ ਲਓ, ਐਡ ਕਰ ਲਓ, ਉੱਥੇ ਆਪਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਾਂਗੇ। ਅਤੇ ਬਾਕੀ ਵਧੀਆ ਸੀਗਾ ਸਭ ਕੁਝ। ਮੈਨੂੰ ਹੋਰ ਗਾਣਿਆਂ ਦੇ ਸੁਜੈਸ਼ਨਸ ਦਿਓ, ਜਾਂ ਫਿਰ ਹੋਰ ਕਿਸੇ ਵੀ ਚੀਜ਼ ਦੇ ਜਿੱਥੇ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਰਿਐਕਟ ਕਰਾਂ, ਤੁਸੀਂ ਮੈਨੂੰ ਰਿਐਕਟ ਕਰਦਾ ਹੋਇਆ ਦੇਖਣਾ ਚਾਹੁੰਦੇ ਆ, ਉਸ ਚੀਜ਼ ਦੇ ਮੈਨੂੰ ਸੁਜੈਸ਼ਨਸ ਦਿਓ ਕਮੈਂਟ ਸੈਕਸ਼ਨ ਦੇ ਵਿੱਚ। ਆਪਾਂ ਜ਼ਰੂਰ ਤੋਂ ਉਹ ਸਾਰੀਆਂ ਚੀਜ਼ਾਂ ਰਿਐਕਟ ਕਰਾਂਗੇ, ਰਿਵਿਊ ਕਰਾਂਗੇ ਉਹਨਾਂ ਦਾ। ਬਾਕੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਰਿਐਕਸ਼ਨ ਵੀਡੀਓ ਦੇ ਵਿੱਚ। ਉਹਨੇ ਚੇਲੀ ਰੱਬ ਰੱਖਾ, ਐਂਡ ਬਾਏ।